ਸਤਿਕਾਲ ਮੇਰੇ ਪਿਆਰੇ ਦੋਸਤੋ, ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ? ਉਮੀਦ ਆ ਕਿ ਬਹੁਤ ਵਧੀਆ ਹੋਵੋਗੇ। ਸੋ ਦੋਸਤੋ, ਬਹੁਤ ਵਧੀਆ ਹੋਣਾ ਤੁਹਾਡਾ ਬਣਦਾ, ਕਿਉਂਕਿ ਤੁਸੀਂ ਦੇਖ ਸਕਦੇ ਹੋ ਮਾਨ ਸਰਕਾਰ ਦੁਆਰਾ ਇੱਕ ਵੱਡਾ ਉਪਰਾਲਾ ਕੀਤਾ ਜਾ ਰਿਹਾ। 32,000 ਦੋਸਤੋ ਹੋਰ ਨਵੀਆਂ ਭਰਤੀਆਂ ਨੇ ਜਿਹੜੀਆਂ ਉਹ ਮਾਨ ਸਰਕਾਰ ਕਰਨ ਜਾ ਰਹੀ ਹੈ। ਠੀਕ ਹੈ, ਇਹਦੇ ਵਿੱਚ ਆਪਾਂ ਤੁਹਾਨੂੰ ਨੋਟੀਫਿਕੇਸ਼ਨ ਆ ਜਿਹੜਾ ਪੂਰੀ ਡਿਟੇਲ ਨਾਲ ਜਿਹੜੇ ਤੱਥਾਂ ਵਾਈਜ਼ ਇਹਨਾਂ ਨੇ ਦੱਸਿਆ ਕਿ ਕਿਹੜੀਆਂ ਕਿਹੜੀਆਂ ਡਿਪਾਰਟਮੈਂਟ ਵਿੱਚ ਭਰਤੀਆਂ ਆਉਣਗੀਆਂ, ਸਾਰਾ ਕੁਝ ਤੁਹਾਨੂੰ ਦੱਸਾਂਗੇ। ਬਸ ਮੈਂ ਤੁਹਾਨੂੰ ਇੰਨਾ ਕਹੂੰਗਾ ਕਿ ਤੁਸੀਂ ਆਪਣੀ ਜਿਹੜੀ ਤਿਆਰੀ ਰੋਕੀ ਬੈਠੇ ਹੋ, ਤੁਸੀਂ ਸਮਾਂ ਗਵਾਓ ਨਾ। ਹੁਣ ਬਹੁਤ ਵੱਡੇ ਲੈਵਲ ਦੀਆਂ ਜਿਹੜੀਆਂ ਭਰਤੀਆਂ ਤੁਹਾਡੇ ਸਾਹਮਣੇ ਆਉਣਗੀਆਂ, ਪੁਲਿਸ ਡਿਪਾਰਟਮੈਂਟ ਵਿੱਚ ਸਬ ਇੰਸਪੈਕਟਰ, ਕਾਂਸਟੇਬਲ, ਇਹ ਸਾਰੀਆਂ ਭਰਤੀਆਂ ਰਿਵੈਨਿਊ ਡਿਪਾਰਟਮੈਂਟ ਦੇ ਵਿੱਚ ਅਤੇ ਬਾਕੀ ਹੋਰ ਜਿੰਨੇ ਵੀ ਵਿਭਾਗ ਨੇ, ਸਾਰੇ ਵਿਭਾਗਾਂ ਦੇ ਵਿੱਚ ਜਿਹੜੀਆਂ ਭਰਤੀਆਂ ਆਉਣਗੀਆਂ, 32,000 ਨਵੀਆਂ ਭਰਤੀਆਂ ਹੋਣਗੀਆਂ ਦੋਸਤੋ। ਅਤੇ ਤੁਹਾਨੂੰ ਦਿਖਾ ਦੇਣਾ ਦੋਸਤੋ, ਇਹਦੇ ਵਿੱਚ ਪੰਜਾਬ ਮੇ ਦੂਸਰੀ ਜ਼ਬਰਦਸਤ ਭਰਤੀ, ਖਾਲੀ ਪੜੇ 32,000 ਪਦੋਂ ਕੋ ਭਰੇਗੀ ਸਰਕਾਰ। ਠੀਕ ਹੈ ਜੀ, ਅਤੇ ਆਪਾਂ ਤੁਹਾਨੂੰ ਦੱਸ ਦਿੰਦੇ ਹਾਂ ਕਿ ਪੁਲਿਸ ਵਿਭਾਗ ਦੇ ਵਿੱਚ, ਇੱਥੇ ਤੁਸੀਂ ਨੋਟ ਕਰ ਲਓ, ਪੁਲਿਸ ਵਿਭਾਗ ਵਿੱਚ 6,400 ਯਾਨੀ ਕਿ 6,400 ਪੋਸਟਾਂ ਹੋਣਗੀਆਂ। ਠੀਕ ਹੈ, ਬੋਰਡ ਕਾਰਪੋਰੇਸ਼ਨ ਵਿੱਚ 2,200 ਅਤੇ ਉਸ ਤੋਂ ਬਾਅਦ ਬਾਕੀ ਜਿਹੜੀਆਂ 10,000 ਖਾਲੀ ਪਈਆਂ ਨੇ ਉਹ ਪੋਸਟਾਂ ਹੋਣਗੀਆਂ। 3,300 ਭਰਤੀ ਹੋਊਗੀ ਲੋਕਲ ਬੋਡੀ ਮੇ, ਤਾਂ ਕਿ ਕਾਮੋਂ ਮੇ ਤੇਜ਼ੀ ਆ ਸਕੇ। 1,300 ਰਿਵੈਨਿਊ 'ਚ ਹੋ ਗਏ ਜੀ, 700 ਪਟਵਾਰੀ ਹੋ ਗਈ। ਅਤੇ ਦੋਸਤੋ ਤੁਹਾਨੂੰ ਦੱਸ ਦਈਏ ਕਿ 700 ਪਟਵਾਰੀ ਇਹ ਨਵੀਆਂ ਪੋਸਟਾਂ ਹੋਣਗੀਆਂ। ਇਹ ਸਾਰੀ ਇੱਥੇ ਨਵੀਆਂ ਪੋਸਟਾਂ ਦੀ ਗੱਲ ਕੀਤੀ ਜਾ ਰਹੀ ਹੈ, ਨਾ ਕਿ ਪੁਰਾਣੀ। ਠੀਕ ਹੈ ਜੀ, ਅਤੇ ਆਹ ਜਿਹੜੀਆਂ ਪੋਸਟਾਂ ਨੇ 10,000 ਇਹ ਖਾਲੀ ਪਈਆਂ ਨੇ। ਠੀਕ ਹੈ ਜੀ, ਇਹਨਾਂ ਨੂੰ ਪੂਰਾ ਕੀਤਾ ਜਾਊਗਾ। ਐਜੂਕੇਸ਼ਨ ਡਿਪਾਰਟਮੈਂਟ ਦੀ ਗੱਲ ਕਰੀਏ, 12,000 ਜਿਹੜੀਆਂ ਪੋਸਟਾਂ ਨਾ। ਫੂਡ ਐਂਡ ਸਪਲਾਈ ਵਿੱਚ 3,400 ਜਿਹੜੀਆਂ ਖਾਲੀ ਪੋਸਟਾਂ ਪਈਆਂ ਨੇ, ਉਹਨੂੰ ਭਰਨ ਵਾਸਤੇ ਜਿਹੜੀਆਂ ਪੋਸਟਾਂ ਕੱਢੀਆਂ ਜਾਣਗੀਆਂ। ਠੀਕ ਹੈ ਜੀ, ਅਤੇ ਬਾਕੀ ਦੋਸਤੋ ਹੋਰ ਵੀ ਬਹੁਤ ਸਾਰੇ ਡਿਪਾਰਟਮੈਂਟ ਰਹਿ ਗਏ ਨੇ, ਉਹਨਾਂ ਸਾਰਿਆਂ ਵਿੱਚ ਜਿਹੜੀਆਂ ਭਰਤੀਆਂ ਆਉਣਗੀਆਂ। ਅਤੇ ਤੁਸੀਂ ਇਹ ਪੂਰੀ ਪੜ੍ਹ ਸਕਦੇ ਹੋ, ਮੈਂ ਤੁਸੀਂ ਇਹਦਾ ਸਕਰੀਨਸ਼ੋਟ ਲੈ ਕੇ ਵੀ ਪੜ੍ਹ ਸਕਦੇ ਹੋ। ਠੀਕ ਹੈ ਜੀ, ਅਤੇ ਆਪਾਂ ਤੁਹਾਨੂੰ ਦਿਖਾ ਦਿੰਦੇ ਹਾਂ ਇੱਥੇ ਕਿਹੜੇ ਕਿਹੜੇ ਡਿਪਾਰਟਮੈਂਟਾਂ ਵਿੱਚ ਹੋਣਗੀਆਂ। ਇੱਥੇ ਤੁਸੀਂ ਦੇਖ ਸਕਦੇ ਹੋ, ਇਹ ਭਰਤੀ ਪੁਲਿਸ, ਪੰਜਾਬ ਪੁਲਿਸ 'ਚ ਹੋਗੀ ਜੀ, ਬੋਰਡ ਕਾਰਪੋਰੇਸ਼ਨ, ਲੋਕਲ ਬੋਡੀ, ਰਿਵੈਨਿਊ, ਐਜੂਕੇਸ਼ਨ, ਹੈਲਥ ਐਂਡ ਫੈਮਿਲੀ ਵੈਲਫੇਅਰ, PWD, ਫੂਡ ਐਂਡ ਸਪਲਾਈ, ਟਰਾਂਸਪੋਰਟ, ਐਕਸਾਈਜ਼ ਐਂਡ ਟੈਕਸੇਸ਼ਨ ਵਿਭਾਗ ਆਦਿ ਮੇ ਹੋਊਗੀ। ਠੀਕ ਹੈ ਜੀ, ਇਹ ਸਾਰੇ ਡਿਪਾਰਟਮੈਂਟਾਂ ਵਿੱਚ ਹੋਊਗੀ। ਅਤੇ ਤੁਹਾਨੂੰ ਦੱਸ ਦਈਏ ਦੋਸਤੋ, ਜਿਹੜੀਆਂ ਭਰਤੀਆਂ ਪੰਜਾਬ ਪੁਲਿਸ ਡਿਪਾਰਟਮੈਂਟ ਵਿੱਚ ਪੈਂਡਿੰਗ ਪਈਆਂ ਨੇ, ਉਹ ਤਾਂ ਹੋਣਗੀਆਂ ਹੀ ਹੋਣਗੀਆਂ। ਉਸ ਤੋਂ ਇਲਾਵਾ 32,000 ਇਹ ਦੋਸਤੋ ਨਵੀਆਂ ਭਰਤੀਆਂ ਦਾ ਇਹ ਨੋਟੀਫਿਕੇਸ਼ਨ ਕੱਢਿਆ ਗਿਆ ਸਰਕਾਰ ਵੱਲੋਂ। ਜੀ ਹਾਂ ਬਿਲਕੁਲ, 32,000 ਦੋਸਤੋ ਨਵੀਆਂ ਭਰਤੀਆਂ ਕੱਢੀਆਂ ਜਾਣਗੀਆਂ। ਅਤੇ ਪਹਿਲਾਂ ਜਿਹੜੀਆਂ ਦੋਸਤੋ ਪੈਂਡਿੰਗ ਪਈਆਂ ਭਰਤੀਆਂ ਨੇ, ਭਾਵੇਂ ਉਹ ਪੁਲਿਸ ਡਿਪਾਰਟਮੈਂਟ ਦੀਆਂ ਹੋਣ, ਭਾਵੇਂ ਕਿਸੇ ਵੀ ਡਿਪਾਰਟਮੈਂਟ ਦੀਆਂ ਹੋਣ, ਉਹਨਾਂ ਨੂੰ ਪੂਰਾ ਕੀਤਾ ਜਾਊਗਾ। ਅਤੇ ਉਸ ਤੋਂ ਬਾਅਦ ਜਿਹੜੀਆਂ ਇਹ ਭਰਤੀਆਂ ਨੇ 32,000 ਵੱਖ ਵੱਖ ਡਿਪਾਰਟਮੈਂਟ ਵਿੱਚ ਇਹਨਾਂ ਨੂੰ ਕੱਢਿਆ ਜਾਊਗਾ। ਅਤੇ ਮੈਂ ਤੁਹਾਨੂੰ ਇੰਨਾ ਹੀ ਕਹੂੰਗਾ ਕਿ ਤੁਸੀਂ ਆਪਣੀ ਜਿਹੜੀ ਤਿਆਰੀ ਹੈ, ਤਿਆਰੀ ਤੁਸੀਂ ਰੋਕੀ ਬੈਠੇ ਹੋ, ਤਿਆਰੀ ਨੂੰ ਜਿਹੜਾ ਕੰਟੀਨਿਊ ਕਰੋ। ਠੀਕ ਹੈ, ਡੇਲੀ ਆਪਣਾ ਕਰੰਟ ਅਫੇਅਰਸ, ਮੈਥ, GK ਸਾਰਾ ਕੁਝ ਕਰਿਆ ਕਰੋ, ਕਿਉਂਕਿ ਦੋਸਤੋ ਇਸ ਵਾਰ ਕੰਪੀਟੀਸ਼ਨ ਬਹੁਤ ਹੋਣਾ, ਬਹੁਤ ਜ਼ਿਆਦਾ ਕੰਪੀਟੀਸ਼ਨ ਹੋਊਗਾ। ਸੋ ਆਪਣੀ ਤਿਆਰੀ ਤੁਸੀਂ ਪਹਿਲਾਂ ਹੀ ਪਰਪੱਕ ਰੱਖੋ। ਬਾਕੀ ਦੋਸਤੋ ਤੁਸੀਂ ਸਾਡਾ ਟੈਲੀਗ੍ਰਾਮ ਅਤੇ ਇੰਸਟਾਗ੍ਰਾਮ ਚੈਨਲ ਜੁਆਇਨ ਕਰ ਸਕਦੇ ਹੋ, ਤਾਂ ਕਿ ਤੁਹਾਨੂੰ ਲੇਟੈਸਟ ਅਪਡੇਟਸ ਰਿਗਾਰਡਿੰਗ ਭਰਤੀਆਂ ਸੰਬੰਧੀ ਤੁਹਾਨੂੰ ਜਿਹੜੇ ਨੇ ਨੋਟੀਫਿਕੇਸ਼ਨ ਜਾਂ ਕੋਈ ਵੀ ਅਪਡੇਟ ਤੁਹਾਨੂੰ ਸਾਡੇ ਚੈਨਲ ਤੋਂ ਮਿਲ ਸਕਣ। ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਦੇ ਵਿੱਚ ਮਿਲ ਜੂਗਾ। ਅਤੇ ਬਾਕੀ ਦੋਸਤੋ ਕੀ ਕਹਿਣਾ ਚਾਹੋਗੇ ਤੋਂ ਤੁਸੀਂ ਮਾਨ ਸਰਕਾਰ ਦੇ ਇਸ ਉਪਰਾਲੇ ਨੂੰ, ਤੁਸੀਂ ਕਮੈਂਟ ਬਾਕਸ ਕਰਕੇ ਜ਼ਰੂਰ ਦੱਸਿਓ। ਅਤੇ ਜੇਕਰ ਤੁਹਾਡਾ ਕੋਈ ਸੁਝਾਅ ਹੁੰਦਾ, ਤੁਸੀਂ ਸਾਨੂੰ ਇੰਸਟਾਗ੍ਰਾਮ 'ਤੇ ਸੰਪਰਕ ਕਰ ਸਕਦੇ ਹੋ, ਸਾਨੂੰ ਮੈਸੇਜ ਭੇਜ ਸਕਦੇ ਹੋ। ਸੋ ਦੋਸਤੋ ਉਮੀਦ ਹੈ ਕਿ ਇਹ ਨੋਟੀਫਿਕੇਸ਼ਨ ਬਹੁਤ ਜਲਦੀ ਡਿਪਾਰਟਮੈਂਟ ਵੱਲੋਂ ਜਾਰੀ ਕੀਤੇ ਜਾਣਗੇ। ਇੱਕ ਵਾਰ ਡਿਪਾਰਟਮੈਂਟ ਨੇ ਜਦੋਂ ਕਹਿਤਾ ਤਾਂ ਕਰਤਾ ਸਮਝੋ। ਠੀਕ ਹੈ ਜੀ, ਮਾਨ ਸਰਕਾਰ ਨੇ ਪਹਿਲਾਂ ਬਿਜਲੀ ਵਾਲਾ ਕਿਹਾ ਸੀਗਾ, ਤਾਂ ਬਿਜਲੀ ਦੀਆਂ ਜਿਹੜੀਆਂ 600 ਯੂਨਿਟਾਂ ਸੀ ਉਹ ਜਿਹੜੀਆਂ ਮਾਫ਼ ਹੋ ਚੁੱਕੀਆਂ ਨੇ। ਵੈਸੇ ਇੱਕ ਦੇਖਿਆ ਜਾਵੇ, ਮਾਨ ਸਰਕਾਰ ਜੋ ਕਹਿੰਦੀ ਹੈ ਉਹ ਕਰ ਰਹੀ ਹੈ। ਮੈਂ ਕਿਸੇ ਖਾਸ ਪਾਰਟੀ ਤੋਂ ਬਿਲੋਂਗ ਨਹੀਂ ਕਰਦਾ, ਮੈਂ ਕਿਸੇ ਵੀ ਸਪੈਸੀਫਿਕ ਪਾਰਟੀ ਨੂੰ ਇੱਥੇ ਮੈਨਸ਼ਨ ਨਹੀਂ ਕਰਨਾ ਚਾਹੂੰਗਾ, ਬਟ ਹਾਂ ਜੋ ਸਹੀ ਹੈ ਉਹ ਸਹੀ ਹੈ। ਠੀਕ ਹੈ, ਮਾਨ ਸਰਕਾਰ ਵਾਅਦੇ ਪੂਰੇ ਕਰ ਰਹੀ ਹੈ, ਵਧੀਆ ਗੱਲ ਆਪਣੇ ਸਾਰਿਆਂ ਦੇ ਲਈ। ਸਰਕਾਰ ਕੋਈ ਵੀ ਹੈ, ਆਪਾਂ ਨੂੰ ਕੰਮਾਂ ਤੱਕ ਮਤਲਬ ਹੁੰਦਾ। ਠੀਕ ਹੈ, ਭਾਵੇਂ ਕਾਂਗਰਸ ਹੁੰਦੀ, ਭਾਵੇਂ ਅਕਾਲੀ ਹੁੰਦੀ, ਜੇ ਉਹ ਪੂਰੇ ਕਰਦੇ ਆਪਾਂ ਉਹਨਾਂ ਨੂੰ ਕਹਿੰਦੇ। ਠੀਕ ਹੈ ਜੀ, ਚਲੋ ਇਹ ਤਾਂ ਹੋ ਗਿਆ ਜੀ ਸਰਕਾਰਾਂ ਦਾ, ਬਟ ਆਪਾਂ ਨੇ ਇਹਨਾਂ ਕੰਮਾਂ ਤੋਂ ਕੁਛ ਨਹੀਂ ਲੈਣਾ। ਆਪਾਂ ਨੇ ਸਿਰਫ ਕਿੱਥੇ ਫੋਕਸ ਕਰਨਾ? ਭਰਤੀਆਂ 'ਤੇ। ਠੀਕ ਹੈ ਜੀ, ਅਤੇ ਜੇਕਰ ਤੁਹਾਨੂੰ ਅਪਡੇਟਸ ਚਾਹੀਦੇ ਨੇ, ਤੁਸੀਂ ਸਾਨੂੰ ਟੈਲੀਗ੍ਰਾਮ 'ਤੇ ਜੁਆਇਨ ਕਰ ਲਓ, ਤਾਂ ਕਿ ਤੁਹਾਨੂੰ ਸਮੇਂ ਸਮੇਂ 'ਤੇ ਅਪਡੇਟਸ ਜਿਹੜੇ ਨੇ ਮਿਲਦੇ ਰਹਿਣ।